ਮਾਨਯੋਗ ਬਜ਼ੁਰਗੋ ਅਤੇ ਸਾਥੀਓ ਬਹੁਤ ਬਹੁਤ ਪਿਆਰ ਅਤੇ ਸਤਿਕਾਰ। ਸਭ ਤੋਂ ਪਹਿਲਾਂ ਤਾਂ ਮੈਂ ਇਹਨੇ ਐਸੋਸੀਏਸ਼ਨ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜਾ ਸਾਨੂੰ ਇਹੋ ਦਖਤਨ ਫਵਕਤਨ ਸਾਨੂੰ ਇਕੱਠੇ ਹੋਣ ਦਾ ਮੌਕਾ ਦਿੰਦੇ ਆ ਅਤੇ ਗਾਹਾਂ ਵੀ ਆਸ ਕਰਦੇ ਹਾਂ ਸਾਨੂੰ ਇਹੋ ਇੱਦਾਂ ਸਾਨੂੰ ਚਾਂਸ ਦੇਣਗੇ। ਸੋ ਅੱਜ ਮੈਂ ਆਪ ਤੁਹਾਨੂੰ ਮੇਰੇ ਡੈਡੀ ਗੁਰਦੇਵ ਸਿੰਘ ਢਿੱਲੋਂ ਦੀ ਲਿਖੀ ਕਵਿਤਾ ਪੇਸ਼ ਕਰਦਾ। ਚਾਹੇ ਆਪਣਾ ਆਪ ਬਰਬਾਦ ਕਰ ਲਾ, ਹਿੰਦੁਸਤਾਨ ਦੇ ਜੰਮਿਆਂ ਨੌਜਵਾਨਾਂ, ਹਿੰਦੁਸਤਾਨ ਦੇ ਜੰਮਿਆਂ ਨੌਜਵਾਨਾਂ, ਤੇਰਾ ਵਤਨ ਦੇ ਵੱਲ ਧਿਆਨ ਕਿਉਂ ਨਹੀਂ? ਸਦੀਆਂ ਬੀਤ ਗਈਆਂ, ਝੁੱਗਾ ਲੁੱਟ ਹੁੰਦੇ, ਤੂੰ ਬਣਦਾ ਇਸ ਦਾ ਰਖਵਾਲ ਕਿਉਂ ਨਹੀਂ? ਖਾਤਰ ਪੇਟ ਦੀ ਫਿਰੇ ਵਿਦੇਸ਼ ਪਾਉਂਦਾ, ਦੂਰ ਕਰਦਾ ਦੇਸ਼ ਦੇ ਕਾਲ ਕਿਉਂ ਨਹੀਂ? ਭਾਰਤ ਮਾਤ ਭੂਮੀ ਭਰਾਧੀਨ ਤੇਰੀ ਹੋ ਜਾਂਦਾ ਇਸ ਲਈ ਹਲਾਲ ਕਿਉਂ ਨਹੀਂ? ਕਿਹਦੀ ਵਿੱਚ ਉਡੀਕਦੇ ਚੁੱਪ ਬੈਠਾ, ਕੀ ਕੋਈ ਆਸ ਹੈ ਕਿਸੇ ਅਵਤਾਰ ਆਉਣਾ? ਮੁੜ ਜੰਮਣਾ ਰਾਣੇ ਗੋਬਿੰਦ ਨੇ ਨਹੀਂ, ਲਕਸ਼ਮੀ ਬਾਈ ਨੇ ਨਾਨੇ ਸਰਦਾਰ ਆਉਣਾ। ਵਤਨ ਵਾਸਤੇ ਯਾਰੋ ਕੁਰਬਾਨ ਹੋਵੇ, ਬਲਵੰਤ ਪਿੰਗਲੇ ਨਹੀਂ ਕਰਤਾਰ ਆਉਣਾ, ਤੇਰੀ ਜਨਮ ਭੂਮੀ ਉੱਠ ਮਰਦ ਬਣ ਕੇ, ਹੋਰ ਕਿਸੇ ਨਹੀਂ ਬਲ ਤਾਰ ਆਉਣਾ। ਅਰਜਨ ਭੀਮ ਦੀ ਦੱਸਦਾ ਅਣਸ ਵਿੱਚੋਂ, ਜਿਉਂਦੇ ਹੋਣ ਦੀ ਦਿੰਦਾ ਮਿਸਾਲ ਕਿਉਂ ਨਹੀਂ? ਬਾਪ ਦਾਦੇ ਗੁਲਾਮੀ ਦੇ ਵਿੱਚ ਮੰਗੇ, ਕਰਦਾ ਤੂੰ ਆਜ਼ਾਦੀ ਦੀ ਭਾਲ ਕਿਉਂ ਨਹੀਂ? ਕਾਲਾ ਦਾ ਗੁਲਾਮੀ ਦਾ ਲਾਉਣ ਬਦਲੇ, ਫੜਦਾ ਹੱਥ ਵਿੱਚ ਤੇਗ ਦੇ ਢਾਲ ਕਿਉਂ ਨਹੀਂ? ਜੇਕਰ ਅਣਸ ਹੈ ਖੂਨ ਹੈ ਰਗਾ ਅੰਦਰ, ਕੱਟ ਦਿੰਦਾ ਗੁਲਾਮੀ ਦੇ ਜਾਲ ਕਿਉਂ ਨਹੀਂ? ਕਫਨ ਬੰਨ ਲੈਂਦੇ ਲਾੜੀ ਬੰਨ ਖਾਤਰ, ਆਖਣ ਵਤਨ ਪਿਆਰਾ ਸਾਨੂੰ ਜਾਣ ਕੋਲੋਂ, ਰਾਜਗੁਰੂ ਸੁਖਦੇਵ ਅਤੇ ਭਗਤ ਸਿੰਘ ਨੂੰ, ਦੀਨ ਧਰਮ ਅਤੇ ਵੇਦ ਪ੍ਰਾਣ ਕੋਲੋਂ, ਹਰੀ ਕ੍ਰਿਸ਼ਨ ਨੂੰ ਕੁੱਲ ਜਹਾਨ ਕੋਲੋਂ, ਸ਼ੇਰ ਜੰਗ ਨੂੰ ਉਹਦੇ ਕੁਰਾਨ ਕੋਲੋਂ, ਬੰਬ ਮਾਰ ਕੇ ਬੱਬਨ ਨੇ ਆਖਰੀ ਦੁਨੀਆ ਹੇਠ ਮੈਨੂੰ ਹਿੰਦੁਸਤਾਨ ਕੋਲੋਂ। ਉੱਠ ਸੁੱਤਿਆ ਫਰਜ਼ ਪਛਾਣ ਆਪਣਾ, ਫਾਹੇ ਟੰਗਿਆ ਵੀਰਾਂ ਨੂੰ ਯਾਦ ਕਰ ਲਾ, ਖਾਤਰ ਦੇਸ਼ ਦੇ ਲਹੂ ਲਹਾਣ ਹੋ ਕੇ ਉਜੜੇ ਥੇ ਨੂੰ ਫਿਰ ਆਬਾਦ ਕਰ ਲਾ। ਜੀਣਾ ਬੁਰਾ ਗੁਲਾਮਾਂ ਦਾ ਕੁੱਤਿਆਂ ਤੋਂ, ਹਿੰਮਤ ਹੈ ਤੇ ਯਾਰਾ ਆਜ਼ਾਦ ਕਰ ਲਾ, ਯਕਦਮ ਕਰ ਕੀਮਾ ਮਾਨਸ ਖੋਰਿਆਂ ਦਾ, ਚਾਹੇ ਆਪਣਾ ਆਪ ਬਰਬਾਦ ਕਰ ਲਾ, ਯਕਦਮ ਕਰ ਕੀਮਾ ਮਾਨਸ ਖੋਰਿਆਂ ਦਾ, ਚਾਹੇ ਆਪਣਾ ਆਪ ਬਰਬਾਦ ਕਰ ਲਾ। ਇਹਨਾਂ ਲਫ਼ਜ਼ਾਂ ਦੇ ਨਾਲ ਸਾਰੇ ਗਦੀ ਬਾਬਿਆਂ ਦੇ ਦੇਸ਼ ਭਗਤਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ, ਜਿਹਨਾਂ ਦੀ ਕਮਾਈ ਸਦ ਕੇ ਆਪਾਂ ਇੱਥੇ ਸਾਰੇ ਦੁਨੀਆਂ ਸੁੱਖ ਮਾ ਰਹੇ ਹਾਂ। ਸੁਪਰਵੀਜ਼ਾ ਇੰਸ਼ੋਰੈਂਸ ਕਰਵਾਉਣਾ ਤੁਹਾਡੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਫੈਸਲਾ ਹੈ, ਪਰ ਇਹ ਕਰਵਾਉਣ ਤੋਂ ਪਹਿਲੇ ਕੁਝ ਚੀਜ਼ਾਂ 'ਤੇ ਧਿਆਨ ਦੇਣਾ ਜ਼ਰੂਰੀ ਹੈ। ਜਿਵੇਂ ਕਿ ਕਿਸੇ ਕਾਰਨ ਕਰਕੇ ਤੁਹਾਡੀ ਐਪਲੀਕੇਸ਼ਨ ਨਾ ਮਨਜ਼ੂਰ ਹੋ ਜਾਏ, ਜਾਂ ਤੁਹਾਡੇ ਪੇਰੈਂਟਸ ਨੂੰ ਕੁਝ ਮਹੀਨਿਆਂ ਬਾਅਦ ਵਾਪਸ ਜਾਣਾ ਪੈ ਜਾਏ, ਤਾਂ ਤੁਹਾਡੇ ਦਿੱਤੇ ਹੋਏ ਪੈਸਿਆਂ ਦਾ ਕੀ ਬਣੇਗਾ? ਇਹੋ ਜਿਹੇ ਹੋਰ ਸਵਾਲਾਂ ਦੇ ਜਵਾਬ ਇੱਕ ਭਰੋਸੇਮੰਦ, ਇਮਾਨਦਾਰ ਅਤੇ ਤਜਰਬੇਕਾਰ ਪ੍ਰੋਫੈਸ਼ਨਲ ਹੀ ਦੇ ਸਕਦਾ ਹੈ। ਇਸ ਲਈ ਪੰਜਾਬ ਇੰਸ਼ੋਰੈਂਸ ਏਜੰਸੀ ਨੂੰ ਫੋਨ ਕਰਨ ਦਾ ਕੋਈ ਹਰਜ ਨਹੀਂ। ਜਸਟ ਗਿਵ ਇਟ ਅ ਟ੍ਰਾਈ। ਪੰਜਾਬ ਇੰਸ਼ੋਰੈਂਸ, ਲਿਵ ਯੋਰ ਡ੍ਰੀਮ। ਕੀ ਹੋਇਆ, ਕਿਸ ਨਾਲ ਲੜਕੇ ਹੈਗੀਆਂ? ਤੁਹਾਨੂੰ ਹਰ ਵੇਲੇ ਮਜ਼ਾਕ ਹੀ ਸੁੱਝਦਾ ਹੈ। ਕੀ ਹੋਇਆ? ਆ ਮੰਮੀ ਡੈਡੀ ਨੂੰ ਇੰਡੀਆ ਤੋਂ ਸੁਪਰ ਵੀਜ਼ੇ ਤੇ ਮੰਗਾਉਣ ਲਈ ਇਮੀਗ੍ਰੇਸ਼ਨ ਨੇ ਮੇਰੀਆਂ ਗੁੱਡੀਆਂ ਕਮਾਈਆਂ ਪਈਆਂ। ਕੀ ਕਹਿੰਦੇ ਆ? ਕਦੇ ਕਦੇ ਆ ਪੇਪਰ ਲੈ ਕੇ ਆਓ, ਕਦੇ ਆ ਪੇਪਰ ਲੈ ਕੇ। ਓ ਮਾਈ ਗੋਡ, ਮੈਂ ਤਾਂ ਦੁਖੀ ਹੋ ਚੁੱਕੀ ਆ। ਬਸ ਇੰਨੀ ਗੱਲ ਤੋਂ ਘਬਰਾ ਗਈ? ਆਹ ਇੰਨੀ ਕੀ ਗੱਲ? ਜਦੋਂ ਆਪਾਂ ਨਾ ਪੁਰਾਣੀ ਇਮੀਗ੍ਰੇਸ਼ਨ ਦੇ ਰਾਜਪਾਲ ਹੋਲਟਗਰ ਨੂੰ ਮਿਲੇ ਨਾ, ਤਾਂ ਉਹਨਾਂ ਨੇ ਕੰਮ ਮਿੰਟਾਂ ਸਕਿੰਟਾਂ 'ਚ ਕਰ ਦੇਣੇ ਨੇ। ਸੱਚੀ ਮੈਂ ਤਾਂ ਐਵੇਂ ਘਬਰਾ ਗਈ ਸੀਗੀ। 9057878744 ਆਪਣੇ ਭਰਾਵਾਂ ਦੀ ਬਰਨਵੀ ਵਿੱਚ ਵਨ ਆਫ ਦ ਬਿਗੈਸਟ ICBC ਆਥੋਰਾਈਜ਼ਡ ਆਟੋ ਬਾਡੀ ਸ਼ਾਪ, ਜਿਨ੍ਹਾਂ ਕੋਲ ਐਕਸਪ੍ਰੈਸ ਵੈਲੇ ਸਰਵਿਸ ਤੋਂ ਇਲਾਵਾ ਐਕਸਪੀਰੀਅੰਸ ਅਤੇ ਸਰਟੀਫਾਈਡ ਟੈਕਨੀਸ਼ੀਅਨਸ ਵੀ ਹਨ, ਤੇ ਬਿਨਾਂ ਸ਼ੱਕ ਹਾਈਟੈਕ ਕੰਪਿਊਟਰਾਈਜ਼ਡ ਪੇਂਟ ਸ਼ਾਪ ਬੂਥ ਦੀ ਵੀ ਫੈਸਿਲਿਟੀ ਹੈਗੀ। ਤੁਹਾਡੇ ਸਾਰੀ ਜ਼ਰੂਰਤਾਂ ਲਈ ਜਿਵੇਂ ਡੈਂਟਿੰਗ, ਪੇਂਟਿੰਗ ਜਾਂ ਕੋਲੀਜਨ ਸਰਵਿਸਿਜ਼ ਲਈ ਫੋਨ ਕਰੋ ਹਰਮੇਸ਼ ਸ਼ਰਮਾ 6042991054। ਦੇ ਕੈਨ ਹੈਂਡਲ ICBC ਕਲੇਮ ਐਂਡ ਇੰਸਪੈਕਸ਼ਨ ਇੰਡੀਪੈਂਡੈਂਟਲੀ। ਮੋਰਗੇਜ ਨਵੀਂ ਲੈਣੀ ਹੈ ਜਾਂ ਰੀਨਿਊ ਕਰਾਉਣੀ ਹੈ ਤਾਂ ਅੱਜ ਹੀ ਮਿਲੋ ਕਮਿਊਨਿਟੀ ਦੇ ਮਸ਼ਹੂਰ ਮੋਰਗੇਜ ਬ੍ਰੋਕਰ ਸਰਦਾਸ ਰੂਪ ਸਿੰਘ ਚੰਦੀ ਹੋਰਾਂ ਨੂੰ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਅਤੇ ਪ੍ਰਾਈਵੇਟ ਮੋਰਗੇਜ ਵਿੱਚ ਬਚਤ ਕਰਨ ਵਾਸਤੇ ਭਰੋਸੇਯੋਗ ਨਾਮ ਸਰਦਾਸ ਰੂਪ ਸਿੰਘ ਚੰਦੀ। ਲਾਈਫ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਅਤੇ ਹੋਮ ਇੰਸ਼ੋਰੈਂਸ ਵੀ ਕਰਦੇ ਹਨ। 6045725050 ਸਰਦਾਸ ਰੂਪ ਸਿੰਘ ਚੰਦੀ। ਅਸੀਂ ਤੁਹਾਡੀ ਲੋੜ ਮੁਤਾਬਕ ਤੁਹਾਨੂੰ ਪ੍ਰੋਪਰਟੀ ਲੱਭ ਕੇ ਦੇ ਸਕਦੇ ਹਾਂ। ਕਮਰਸ਼ੀਅਲ ਜਾਂ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਖਰੀਦਣ ਜਾਂ ਵੇਚਣ ਦੇ ਲਈ ਭਰੋਸੇਯੋਗ ਅਤੇ ਇਮਾਨਦਾਰ ਸੇਵਾ ਪ੍ਰਾਪਤ ਕਰਨ ਲਈ ਪਲੀਜ਼ ਕਾਲ ਮੀ ਐਟ 778-552-7636।